ਡਾਕਟਰ ਯਾਰ ਸਾਹਿਬ, ਕਪਾਸ ਇੱਕ ਐਸੀ ਫਸਲ ਹੈ ਜਿਹਦੇ ਉੱਤੇ ਬਹੁਤ ਜ਼ਿਆਦਾ ਕੀੜਿਆਂ ਦਾ ਹਮਲਾ ਰਹਿੰਦਾ, ਜਿਹਦੀ ਵਜ੍ਹਾ ਤੋਂ ਇਸ ਫਸਲ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ। ਡਾਕਟਰ ਸਾਹਿਬ, ਤੁਸੀਂ ਇਹ ਦੱਸੋ ਕਿ ਉਹ ਕਿਹੜੇ ਤਰੀਕੇ ਨੇ ਜਿਹਦੇ ਨਾਲ ਸਾਡੇ ਜ਼ਿਮੀਦਾਰ ਆਪਣੀ ਫਸਲ ਨੂੰ ਇਹਨਾਂ ਕੀੜਿਆਂ ਤੋਂ ਮਹਿਫੂਜ਼ ਰੱਖ ਸਕੇ, ਅਤੇ ਨਾਲੇ ਖੁਦਾ ਨਾ ਖਾਸਤਾ ਅਗਰ ਹਮਲਾ ਹੋ ਵੀ ਜਾਂਦਾ ਹੈ ਤਾਂ ਫਿਰ ਫੌਰੀ ਤਦਾਰਕ ਕਿਸ ਤਰ੍ਹਾਂ ਮੁਮਕਿਨ ਹੈ? ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਮੇਰੇ ਕਿਸਾਨ ਭਰਾਓ, ਅਸਲਾਮ ਅਲੈਕੁਮ। ਸਾਡੀ ਕਪਾਹ 'ਤੇ ਦੋ ਤਰ੍ਹਾਂ ਦੇ ਕੀੜੇ ਹਮਲਾ ਕਰਦੇ ਨੇ। ਪਹਿਲੇ ਨੰਬਰ 'ਤੇ ਤਾਂ ਰਸ ਚੂਸਣ ਵਾਲੇ ਕੀੜੇ ਨੇ, ਅਤੇ ਦੂਜੇ ਨੰਬਰ 'ਤੇ ਫਿਰ ਜਦੋਂ ਫੁੱਲ ਆਉਂਦੇ ਨੇ ਤਾਂ ਸੁੰਡੀਆਂ ਆ ਜਾਂਦੀਆਂ ਨੇ। ਰਸ ਚੂਸਣ ਵਾਲੇ ਦੇ ਜਿਹੜੇ ਕੀੜੇ ਨੇ, ਇਹਨਾਂ ਵਿੱਚ ਸਭ ਤੋਂ ਪਹਿਲੇ ਜਦੋਂ ਅਸੀਂ ਕਪਾਹ ਲਾਉਂਦੇ ਹਾਂ, ਉੱਗਦੀ ਹੈ, ਤਾਂ ਨਾਲ ਹੀ ਥ੍ਰਿਪਸ ਦਾ ਹਮਲਾ ਹੋ ਜਾਂਦਾ ਹੈ। ਇਹ ਥ੍ਰਿਪਸ ਖੁਸ਼ਕ ਮੌਸਮ ਵਿੱਚ ਅਤੇ ਗਰਮ ਵਿੱਚ ਆਉਂਦੀ ਹੈ, ਅਤੇ ਜੇ ਥੋੜ੍ਹੀ ਬਹੁਤ ਬਾਰਿਸ਼ ਹੁੰਦੀ ਰਹੇ ਤਾਂ ਫਿਰ ਕਿਸੇ ਹੱਦ ਤੱਕ ਬਚਤ ਰਹਿੰਦੀ ਹੈ। ਹੁਣ ਜਦੋਂ ਕਪਾਹ ਉੱਗਦੀ ਹੈ 10-12 ਦਿਨਾਂ ਤੋਂ ਬਾਅਦ, ਅਤੇ ਨਾਲ ਹੀ ਥ੍ਰਿਪਸ ਦਾ ਹਮਲਾ ਹੋ ਜਾਂਦਾ ਹੈ, ਅਤੇ ਜਿਹੜੇ ਪੱਤੇ ਨੇ ਉਹ ਸਾਰੇ ਚੁੜ ਮੁੜ ਹੋ ਜਾਂਦੇ ਨੇ। ਆਮ ਤੌਰ 'ਤੇ ਬੰਦਾ ਦੇਖੇ ਤਾਂ ਲੱਗਦਾ ਹੈ ਕਿ ਬਹੁਤ ਜ਼ਿਆਦਾ ਵਾਇਰਸ ਆ ਗਈ ਹੈ। ਅਗਰ ਉਹ ਪੱਤੇ ਤੁਸੀਂ ਤੋੜ ਕੇ ਕੋਈ 4-5 ਕਿਸੇ ਕਾਗਜ਼ ਦੇ ਉੱਤੇ ਜ਼ੋਰਾਂ ਦਾ ਛੰਡ ਲਓ, ਅਤੇ ਉਹ ਕੀੜੇ ਡਿੱਗ ਪੈਂਦੇ ਨੇ, ਦੌੜਦੇ ਭੱਜਦੇ ਨਜ਼ਰ ਆਉਂਦੇ ਨੇ, ਪਤਾ ਲੱਗ ਜਾਂਦਾ ਕਿ ਇਹ ਥ੍ਰਿਪਸ ਦਾ ਹਮਲਾ ਹੈ। ਅਤੇ ਅਗਰ ਜ਼ਿਆਦਾ ਹਮਲਾ ਹੋ ਜਾਏ ਤਾਂ ਫਿਰ ਕਪਾਹ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ। ਦੂਜੇ ਨੰਬਰ 'ਤੇ ਸਾਡੀ ਜਿਹੜੀ ਜੇਸਰ, ਜਾਂ ਇਹਨੂੰ ਚੁਸਤੇਲਾ ਵੀ ਕਹਿੰਦੇ ਆ, ਇਹ ਵੀ ਬਹੁਤ ਖਤਰਨਾਕ ਕੀੜਾ ਹੈ ਅਤੇ ਕਾਫੀ ਫਸਲ ਦਾ ਨੁਕਸਾਨ ਕਰ ਦਿੰਦਾ ਹੈ। ਇਹ ਜਿਹੜਾ ਉਦੋਂ ਆਉਂਦਾ ਹੈ ਜਦੋਂ ਥੋੜ੍ਹੀ ਬਹੁਤ ਬਾਰਿਸ਼ ਹੋਵੇ, ਯਾਨੀ ਗਰਮ ਅਤੇ ਨਮੀਦਾਰ ਮੌਸਮ ਵਿੱਚ ਇਹਦਾ ਹਮਲਾ ਕਾਫੀ ਆ ਜਾਂਦਾ ਹੈ। ਇਹਦੇ ਜਿਹੜੇ ਬੱਚੇ ਅਤੇ ਬਾਲਗ ਦੋਨੋਂ ਕੀੜਿਆਂ ਦਾ ਰਸ ਚੂਸਦੇ ਨੇ ਅਤੇ ਕਾਫੀ ਨੁਕਸਾਨ ਕਰ ਦਿੰਦੇ ਨੇ। ਸ਼ੁਰੂ ਵਿੱਚ ਥੋੜ੍ਹੇ ਥੋੜ੍ਹੇ ਕਿਨਾਰੇ ਪੀਲੇ ਅਤੇ ਫਿਰ ਥੋੜ੍ਹੇ ਥੋੜ੍ਹੇ ਲਾਲ ਹੋ ਜਾਂਦੇ ਨੇ, ਅਤੇ ਪੱਤੇ ਜਿਹੜੇ ਨੇ ਉਹ ਥੱਲੇ ਦੀ ਤਰਫ ਮੁੜ ਜਾਂਦੇ ਨੇ। ਇਹਦਾ ਮਤਲਬ ਇਹ ਵੀ ਕਿ ਜੇ ਸਾਨੂੰ ਨੁਕਸਾਨ ਕਰ ਦਿੱਤਾ ਹੈ, ਅਤੇ ਜੇ ਅਗਰ ਜ਼ਿਆਦਾ ਹੋ ਜਾਏ ਤਾਂ ਫਿਰ ਜਿਹੜੀ ਹੈ ਝੁਲਸਾਓ ਆ ਜਾਂਦਾ ਹੈ, ਝੁਲਸ ਜਾਂਦੇ ਨੇ ਅਤੇ ਪੱਤੇ ਸਾਰੇ ਡਿੱਗ ਜਾਂਦੇ ਨੇ, ਸਾਡੀ ਪੈਦਾਵਾਰ ਦਾ ਕਾਫੀ ਨੁਕਸਾਨ ਹੋ ਜਾਂਦਾ ਹੈ। ਤੀਜੇ ਨੰਬਰ 'ਤੇ ਸਫੇਦ ਮੱਖੀ ਹੈ, ਇਹ ਵੀ ਕਾਫੀ ਖਤਰਨਾਕ ਕੀੜਾ ਹੈ। ਇਹ ਜਿਹੜੀ ਹੈ ਗਰਮ ਅਤੇ ਖੁਸ਼ਕ ਮੌਸਮ ਦੇ ਵਿੱਚ ਆਉਂਦੀ ਹੈ, ਯਾਨੀ ਅਗਰ ਬਾਰਿਸ਼ ਘੱਟ ਹੋਵੇ ਜਾਂ ਕਾਫੀ ਅਰਸੇ ਬਾਅਦ ਹੋਵੇ ਤਾਂ ਫਿਰ ਇਹ ਬਹੁਤ ਸਪੀਡ ਦੇ ਨਾਲ ਵੱਧ ਜਾਂਦੀ ਹੈ, ਅਤੇ ਖੁਦਾ ਨਾ ਖਾਸਤਾ ਇਹਦਾ ਕਾਬੂ ਕਰਨਾ ਵੀ ਬਹੁਤ ਘੱਟ ਮੁਸ਼ਕਲ ਹੋ ਜਾਂਦਾ ਹੈ। ਇਹ ਜਿਹੜੀ ਹੈ ਇਹਦੇ ਬੱਚੇ ਅਤੇ ਜਿਹੜੇ ਜਵਾਨ ਕੀੜਾ ਯਾਨੀ ਬਾਲਗ ਹੈ, ਉਹ ਪੱਤਿਆਂ ਦੇ ਥੱਲੇ ਵਾਲੇ ਪਾਸੇ ਆਉਂਦਾ ਹੈ, ਅਤੇ ਉਹਦੇ 'ਤੇ ਬੈਠ ਕੇ ਇਹ ਪੱਤਿਆਂ ਦਾ ਰਸ ਚੂਸਦੇ ਨੇ। ਇਹਦੇ ਜਿਹੜਾ ਨੁਕਸਾਨ ਹੈ, ਪੱਤੇ ਉੱਪਰ ਵਾਲੀ ਤਰਫ ਇੱਕ ਤਾਂ ਮੁੜ ਜਾਂਦੇ ਨੇ, ਦੂਜਾ ਇਹ ਵੀ ਕਿ ਇਹ ਥੱਲੇ ਇਹਦੇ ਕਾਰਨੀਕਲਸ ਆਉਂਦੇ ਨੇ, ਯਾਨੀ ਛੋਟੀਆਂ ਛੋਟੀਆਂ ਦੋ ਟਿਊਬਾਂ ਪਿੱਛੇ ਆਉਂਦੀਆਂ ਨੇ, ਉਹਨਾਂ ਦੇ ਵਿੱਚ ਇਹ ਲੇਸਦਾਰ ਮਾਦਾ ਖਾਰਜ ਕਰਦੀ ਹੈ। ਉਹ ਲੇਸਦਾਰ ਮਾਦਾ ਜਿਹੜਾ ਮਿੱਠਾ ਹੁੰਦਾ ਹੈ, ਕਿਉਂਕਿ ਇਹ ਕੀੜਾ ਪੱਤੇ ਦੇ ਥੱਲੇ ਵਾਲੇ ਪਾਸੇ ਹੈ, ਜਦੋਂ ਮਾਦਾ ਖਾਰਜ ਕਰਦਾ ਹੈ ਤਾਂ ਥੱਲੇ ਵਾਲੇ ਪੱਤਿਆਂ ਦੇ ਉੱਪਰ ਵਾਲੇ ਪਾਸੇ ਗਿਰਦਾ ਹੈ, ਉਹ ਉੱਪਰ ਵਾਲੇ ਪਾਸੇ ਫਿਰ ਥੋੜ੍ਹੇ ਟਾਈਮ ਵਿੱਚ ਸਾਰੀ ਉੱਲੀ ਲੱਗ ਜਾਂਦੀ ਹੈ, ਪੱਤੇ ਸਾਰੇ ਕਾਲੇ ਹੋ ਜਾਂਦੇ ਨੇ, ਅਤੇ ਖੁਰਾਕ ਬਣਾਉਣ ਦਾ ਜਿਹੜਾ ਫੋਟੋਸੈਂਥੀਸਿਸ ਦਾ ਅਮਲ ਹੈ ਉਹ ਰੁਕ ਜਾਂਦਾ ਹੈ, ਅਤੇ ਇਹਦੇ ਨਾਲ ਕਾਫੀ ਨੁਕਸਾਨ ਹੋ ਜਾਂਦਾ ਹੈ। ਜਦੋਂ ਖੁਰਾਕ ਨਹੀਂ ਬਣਦੀ ਅਤੇ ਜਿਹੜੇ ਪੌਦੇ ਨੇ ਉਹਨਾਂ ਨੂੰ ਫੁੱਲ ਥੋੜ੍ਹੇ ਲੱਗਦੇ ਨੇ, ਅਤੇ ਟਿੰਡੇ ਵੀ ਛੋਟੇ ਬਣਦੇ ਨੇ, ਅਤੇ ਕਾਫੀ ਜਿਹੜਾ ਨੁਕਸਾਨ ਹੋ ਜਾਂਦਾ ਹੈ। ਇਹਦੇ ਤੋਂ ਬਾਅਦ ਇੱਕ ਜਿਹੜੀ ਹੈ ਗਦੜੀ, ਅਸੀਂ ਕਹਿੰਦੇ ਹਾਂ ਕਪਾਹ ਦੀ ਗਦੜੀ, ਉਹ ਵੀ ਆ ਜਾਂਦੀ ਹੈ, ਲੇਕਿਨ ਇਹ ਵੀ ਕਿ ਅੱਲਾਹ ਦਾ ਸ਼ੁਕਰ ਹੈ ਕਿ ਫਿਲਹਾਲ ਇਹਦਾ ਹਮਲਾ ਕਿਤੇ ਹੀ ਬਹੁਤ ਘੱਟ ਹੀ ਦੇਖਿਆ ਗਿਆ ਹੈ। ਇਹ ਵੀ ਕਾਫੀ ਵੈਸੇ ਤਾਂ ਖਤਰਨਾਕ ਕੀੜਾ ਹੈ, ਅਗਰ ਮੌਸਮ ਗਰਮ ਅਤੇ ਖੁਸ਼ਕ ਹੋਵੇ ਤਾਂ ਫਿਰ ਬੜੀ ਤੇਜ਼ੀ ਨਾਲ ਆ ਜਾਂਦਾ ਹੈ। ਇਹਦਾ ਰੰਗ ਜਿਹੜਾ ਹੈ ਹਲਕਾ ਗੁਲਾਬੀ ਅਤੇ ਮਟਿਆਲਾ ਜਿਹਾ ਹੁੰਦਾ ਹੈ। ਇਹਦੇ ਪਿੱਛੇ ਇੱਕ ਥੈਲੀ ਹੁੰਦੀ ਹੈ, ਥੈਲੀ ਦੇ ਵਿੱਚ ਇਹ ਅੰਡੇ ਦਿੰਦੀ ਹੈ, ਅਤੇ ਅਗਰ ਮੌਸਮ ਗਰਮ ਕਾਫੀ ਦਰਜਾ ਹਰਾਰਤ ਹੋਵੇ ਤਾਂ ਫਿਰ ਇਹ ਥੋੜ੍ਹੇ 2-3 ਘੰਟਿਆਂ ਬਾਅਦ ਹੀ ਉਹ ਥੈਲੀ ਦੇ ਵਿੱਚੋਂ ਬੱਚੇ ਨਿਕਲ ਕੇ ਥੈਲੀ ਤੋਂ ਬਾਹਰ ਆਉਣਾ ਸ਼ੁਰੂ ਹੋ ਜਾਂਦੇ। ਗੌਰ ਕਰੋਗੇ ਤਾਂ ਨਜ਼ਰ ਆਉਣ ਲੱਗ ਪੈਂਦੇ ਨੇ ਕਿ ਬੱਚੇ ਬਾਹਰ ਆ ਰਹੇ ਨੇ। ਅੱਛਾ, ਇਹਦਾ ਵੀ ਕਾਫੀ ਨੁਕਸਾਨ ਹੈ, ਇਹਦੇ ਵੀ ਪਿੱਛੇ ਟਿਊਬਸ ਆਉਂਦੀਆਂ ਨੇ, ਅਤੇ ਇਹ ਲੇਸਦਾਰ ਮਾਦਾ ਖਾਰਜ ਕਰਦੀ ਹੈ, ਜਿਹਦੀ ਵਜ੍ਹਾ ਤੋਂ ਪੱਤੇ ਸਾਰੇ ਕਾਲੇ ਹੋ ਜਾਂਦੇ ਨੇ, ਅਤੇ ਫਸਲ ਜਿਹੜੀ ਹੈ ਉਹ ਕਾਲੀ ਹੋ ਕੇ ਜਿਹੜੇ ਪੌਦੇ ਹੈ ਉਹ ਸੜਨਾ ਸ਼ੁਰੂ ਕਰ ਦਿੰਦੇ ਨੇ, ਯਾਨੀ ਜਲ ਜਾਂਦੇ ਨੇ। ਇਹਦੇ ਤੋਂ ਆਖਰ 'ਤੇ ਅਗਰ ਮੌਸਮ ਗਰਮ ਔਰ ਖੁਸ਼ਕ ਰਹੇ ਤਾਂ ਮਾਈਟ ਜਿਹੜੀ ਹੈ ਇਹ ਆ ਜਾਂਦੀ ਹੈ। ਮਾਈਟ ਦੀਆਂ 8 ਟੰਗਾਂ ਹੁੰਦੀਆਂ ਨੇ, ਲੇਕਿਨ ਕੀੜਿਆਂ ਦੀਆਂ ਤਾਂ 6 ਟੰਗਾਂ ਹੁੰਦੀਆਂ ਨੇ। ਇਹਦਾ ਗਰੁੱਪ ਥੋੜ੍ਹਾ ਜਿਹਾ ਕੀੜੇ ਨਾਲ ਮੁਖਤਲਿਫ ਹੈ,
ਇਹ ਵੀ ਕਾਫੀ ਖਤਰਨਾਕ ਕੀੜਾ ਹੈ, ਲੇਕਿਨ ਇਹ ਵੀ ਪੱਤਿਆਂ ਦੇ ਥੱਲੇ ਦੀ ਤਰਫ ਹਮਲਾ ਕਰਦਾ ਅਤੇ ਜਦੋਂ ਹਮਲਾ ਹੋ ਜਾਂਦਾ ਤਾਂ ਇਹ ਪੱਤਿਆਂ ਦੇ ਉੱਤੇ ਯੈਲੋ ਜਿਹੇ ਕਲਰ ਦੀ ਪੀਲੇ ਰੰਗ ਦੀ ਬੁਰ ਨਜ਼ਰ ਆਉਣ ਲੱਗ ਪੈਂਦੀ ਹੈ। ਪਹਿਲੇ ਥੋੜ੍ਹੇ ਥੋੜ੍ਹੇ ਪੱਤੇ ਪੀਲੇ ਹੁੰਦੇ ਨੇ ਅਤੇ ਫਿਰ ਲਾਲ ਲਾਲ ਹੋ ਜਾਂਦੇ ਨੇ, ਸੁੱਕ ਕੇ ਪੱਤੇ ਜਿਹੜੇ ਆ ਅਗਰ ਜ਼ਿਆਦਾ ਹਮਲਾ ਹੋਵੇ ਤਾਂ ਫਿਰ ਗਿਰਨਾ ਸ਼ੁਰੂ ਕਰ ਦਿੰਦੇ ਨੇ ਅਤੇ ਇਹ ਵੀ ਕਾਫੀ ਨੁਕਸਾਨ ਕਰ ਦਿੰਦੀ ਹੈ। ਹੁਣ ਦੂਜੇ ਨੰਬਰ 'ਤੇ ਬਾਅਦ ਜਦੋਂ ਕਪਾਹ ਦੇ ਉੱਤੇ ਫੁੱਲ ਅਤੇ ਟਿੰਡੇ ਅਤੇ ਬਰੈਕਟਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਯਾਨੀ ਕਲੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਅਤੇ ਫਿਰ ਜਿਹੜੀਆਂ ਸੁੰਡੀਆਂ ਦਾ ਹਮਲਾ ਹੋ ਸਕਦਾ। ਇਹਦੇ ਵਿੱਚ ਲਸ਼ਕਰੀ ਸੁੰਡੀ ਅਤੇ ਜਿਹੜੀ ਗੁਲਾਬੀ ਸੁੰਡੀ ਅਤੇ ਅਮਰੀਕਨ ਸੁੰਡੀ, ਇਹ ਤਿੰਨ ਕਾਫੀ ਅਹਿਮ ਨੇ। ਜਿਹੜੀ ਗੁਲਾਬੀ ਸੁੰਡੀ ਹੈ ਉਹ, ਕਿਉਂਕਿ ਗੁਲਾਬੀ ਸੁੰਡੀ ਦੇ ਪਿਊਪੇ ਜ਼ਮੀਨ ਦੇ ਵਿੱਚ ਹੁੰਦੇ ਨੇ, ਜਦੋਂ ਉਹ ਪਿਊਪੇ ਉਹਦੇ ਵਿੱਚੋਂ ਨਿਕਲਦੇ ਨੇ ਅਤੇ ਉਹ ਫਿਰ ਉਹਦੇ 'ਤੇ ਅੰਡੇ ਦਿੰਦੇ ਨੇ, ਸ਼ਾਖਾਂ 'ਤੇ ਅਤੇ ਬੋਲ ਦੇ ਉੱਤੇ ਵੀ ਅੰਡੇ ਦੇ ਦਿੰਦੇ ਨੇ, ਪੱਤਿਆਂ ਦੇ ਉੱਤੇ ਵੀ ਦੇ ਦਿੰਦੇ ਨੇ। ਉਹ ਫਿਰ ਉੱਥੋਂ ਨਿਕਲ ਕੇ ਛੋਟੀਆਂ ਛੋਟੀਆਂ ਸੁੰਡੀਆਂ ਸ਼ੁਰੂ ਹੀ ਤਾਂ ਜਦੋਂ ਅੰਡਿਆਂ ਦੇ ਵਿੱਚੋਂ ਨਿਕਲਦੀਆਂ ਨੇ ਤਾਂ ਸਫੇਦ ਸਫੇਦ ਹੁੰਦੀਆਂ ਨੇ, ਲੇਕਿਨ ਜਦੋਂ ਟਿੰਡੇ ਦੇ ਵਿੱਚ ਦਾਖਲ ਹੋ ਜਾਂਦੀਆਂ ਨੇ ਤਾਂ ਫਿਰ ਉਹਨਾਂ ਦਾ ਰੰਗ ਗੁਲਾਬੀ ਹੋ ਜਾਂਦਾ। ਇਹ ਟਿੰਡੇ ਦਾ ਸੁਰਾਖ ਕਰਕੇ ਜਾਂਦੀਆਂ ਨੇ, ਲੇਕਿਨ ਟਿੰਡੇ ਦਾ ਸੁਰਾਖ ਫਿਰ ਬੰਦ ਕਰ ਲੈਂਦੀਆਂ ਨੇ, ਅੰਦਰ ਜਾ ਕੇ ਸਾਰਾ ਟਿੰਡਾ ਖਾ ਲੈਂਦੀਆਂ ਨੇ ਅਤੇ ਤਬਾਹ ਹੋ ਜਾਂਦਾ, ਟਿੰਡਾ ਸਾਰਾ ਕਾਣਾ ਹੋ ਜਾਂਦਾ। ਜਦੋਂ ਸੁਰਾਖ ਬੰਦ ਕਰ ਲੈਂਦੀਆਂ ਨੇ, ਅਗਰ ਅਸੀਂ ਹੱਥ ਲਾਈਏ ਤਾਂ ਉਹ ਟਿੰਡਾ ਪੁਲਪੁਲਾ ਜਿਹਾ ਨਜ਼ਰ ਆ ਜਾਂਦਾ, ਪਤਾ ਲੱਗ ਜਾਂਦਾ ਕਿ ਇਹਦੇ ਵਿੱਚ ਗੁਲਾਬੀ ਸੁੰਡੀ ਮੌਜੂਦ ਹੈ। ਜਿਹੜਾ ਸਿਹਤਮੰਦ ਟਿੰਡਾ ਉਹ ਇੰਨਾ ਪੁਲਪੁਲਾ ਨਹੀਂ ਹੁੰਦਾ, ਸਖਤ ਹੁੰਦਾ, ਅਤੇ ਉਹਨੂੰ ਅਗਰ ਅਸੀਂ ਫਾੜ ਕੇ ਦੇਖ ਲਈਏ ਟਿੰਡੇ ਨੂੰ ਤਾਂ ਵਿੱਚੋਂ ਸੁੰਡੀਆਂ ਨਿਕਲ ਆਉਂਦੀਆਂ ਨੇ। ਇਹਦੇ ਤੋਂ ਬਾਅਦ ਜਿਹੜੀ ਹੈ ਲਸ਼ਕਰੀ ਸੁੰਡੀ ਉਹ ਹਮਲਾ ਕਰ ਸਕਦੀ ਹੈ, ਲੇਕਿਨ ਉਹ ਅਗਰ ਜ਼ਿਆਦਾ ਬਾਰਿਸ਼ਾਂ ਹੋਣ ਅਤੇ ਮੌਸਮ ਗਰਮ ਹੋਵੇ ਤਾਂ ਫਿਰ ਲਸ਼ਕਰੀ ਸੁੰਡੀ ਜਿਹੜੀ ਹੈ ਉਹਦਾ ਹਮਲਾ ਹੁੰਦਾ। ਜਿਸ ਤਰ੍ਹਾਂ ਕਿ ਨਾਮ ਤੋਂ ਪਤਾ ਲੱਗ ਰਿਹਾ ਹੈ ਕਿ ਲਸ਼ਕਰੀ ਸੁੰਡੀ ਯਾਨੀ ਲਸ਼ਕਰ ਦੀ ਸ਼ਕਲ ਵਿੱਚ ਬਹੁਤ ਜ਼ਿਆਦਾ ਹਮਲਾ ਇੱਕਦਮ ਕਰ ਸਕਦੀ ਹੈ। ਇਹ ਅੰਡੇ ਦਿੰਦੀ ਹੈ ਪੱਤਿਆਂ ਦੇ ਉੱਤੇ, ਸ਼ਾਖਾਂ 'ਤੇ ਅਤੇ ਕਲੀਆਂ 'ਤੇ ਵੀ, ਲੇਕਿਨ ਉਹ ਅੰਡੇ ਦੇ ਕੇ ਉੱਤੋਂ ਜਾਲ ਜਿਹਾ ਬਣਾ ਦਿੰਦੀ ਹੈ। ਉਹ ਜਾਲ ਦੇ ਅੰਦਰ ਕਾਫੀ ਸਾਰੀ ਤਾਦਾਦ 100-150 ਅੰਡੇ ਮੌਜੂਦ ਹੁੰਦੇ ਨੇ ਅਤੇ ਉਹਨਾਂ ਦੇ ਵਿੱਚੋਂ ਇਹ ਨਿਕਲ ਕੇ ਅਤੇ ਫਿਰ ਸਾਰਾ ਨੁਕਸਾਨ ਕਰਦੇ ਨੇ। ਅਤੇ ਇਹਦੀ ਇਸੇ ਵੇਲੇ ਅਸੀਂ ਜੇ ਦੇਖ ਲਈਏ ਜਿੱਥੇ ਛੋਰਾ ਹੁੰਦਾ, ਦਰਖਤ ਹੈ ਜਾਂ ਖਾਲਾ ਜਾਂ ਲਾਗੇ ਪਾਣੀ ਜ਼ਿਆਦਾ ਹੈ, ਯਾਨੀ ਨਵੀਂਦਾਰ ਜਗ੍ਹਾ ਹੈ, ਉੱਥੇ ਪਹਿਲੇ ਆਉਂਦੀ ਹੈ। ਅਗਰ ਸਾਨੂੰ ਪਤਾ ਲੱਗ ਜਾਏ, ਪੈਸ ਸਕਾਊਟਿੰਗ ਅਸੀਂ ਕਰਦੇ ਹਾਂ ਹਫ਼ਤੇ 2 ਦਫ਼ਾ, ਅਤੇ ਧਿਆਨ ਕਰੀਏ ਅਤੇ ਦੇਖੀਏ ਕਿ ਕਿਤੇ ਪੱਤਾ ਖਾਧਾ ਹੋਇਆ ਹੈ, ਅਤੇ ਫਿਰ ਉਹ ਪੱਤਾ ਜਾਲ ਜਿਹਾ ਬਣਿਆ ਹੁੰਦਾ, ਯਾਨੀ ਉਹਦੀਆਂ ਉਹ ਨਾਲੀਆਂ ਰਹਿ ਜਾਂਦੀਆਂ ਪੱਤਿਆਂ ਦੀਆਂ, ਅਤੇ ਸਬਜ਼ ਇਸ ਖਾ ਜਾਂਦੀ ਹੈ। ਉਹ ਦੂਰੋਂ ਹੀ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਜਿਹੜੀ ਹੈ ਲਸ਼ਕਰੀ ਸੁੰਡੀ ਹੈ। ਫਿਰ ਉਹਦੀ ਤਾਦਾਦ ਮਾਲੂਮ ਕਰਕੇ ਤਾਂ ਉਹਦਾ ਬੰਦੋਬਸਤ ਕਰ ਦੇਣਾ ਚਾਹੀਦਾ ਹੈ। ਇਹ ਵੀ ਕਾਫੀ ਨੁਕਸਾਨ ਪਹੁੰਚਾ ਸਕਦੀ ਹੈ ਸਾਡੀ ਫਸਲ ਨੂੰ, ਅਤੇ ਇਹਦਾ ਟਾਈਮਲੀ ਜਿਹੜਾ ਕਰਨਾ। ਹੁਣ ਇਹ ਵੀ ਕਿ ਇਹਨਾਂ ਦੀ ਜਿਹੜੀ ਹੈ ਤਾਦਾਦ ਪੈਸ ਸਕਾਊਟਿੰਗ, ਯਾਨੀ ਕਿ ਕਿਸ ਤਰ੍ਹਾਂ ਕੀੜਿਆਂ ਨੂੰ ਗਿਣਿਆ ਜਾਏ, ਇਹਨੂੰ ਅਸੀਂ ਪੈਸ ਸਕਾਊਟਿੰਗ ਕਹਿੰਦੇ ਹਾਂ। ਇਹਦੇ 2-3 ਤਰੀਕੇ ਨੇ। ਇੱਕ ਤਰੀਕਾ ਤਾਂ ਇਹ ਵੇ ਕਿ ਕ੍ਰਾਸ ਮੈਥਡ ਹੈ, ਇੱਕ ਕਿੱਲੇ ਦੇ ਕੋਨੇ 'ਚ ਵੜ ਕੇ ਦੂਸਰੇ ਕੋਨੇ ਵੱਲ ਚਲੇ ਜਾਣਾ, ਅਤੇ ਫਿਰ ਤੀਸਰੇ ਕੋਨੇ ਤੋਂ ਵੜ ਕੇ ਅਤੇ ਚੌਥੇ ਕੋਨੇ ਵੱਲ ਚਲ ਜਾਣਾ, ਅਤੇ ਇੱਕ ਕੋਨੇ ਤੋਂ ਦੂਜੇ ਕੋਨੇ ਤੀਕਰ ਅਸੀਂ 5 ਪੌਦੇ ਮੁਖਤਲਿਫ ਜਗ੍ਹਾ ਤੋਂ ਲੈ ਲੈਣੇ ਨੇ, ਅਤੇ ਉਹਦੇ ਟਿੰਡੇ ਦੇਖ ਲੈਣੇ ਨੇ, ਗਿਣ ਲੈਣੇ ਨੇ, ਅਤੇ ਉਹਨਾਂ ਦੇ ਪੱਤੇ ਵੀ ਦੇਖ ਲੈਣੇ ਨੇ ਕੀ ਹੈ, ਅਤੇ ਉਹਦੀਆਂ ਕਲੀਆਂ ਤਾਂ ਸਾਰਾ ਪੌਦਾ ਚੈੱਕ ਕਰ ਲੈਣਾ। ਅਤੇ ਜਿਹੜੇ ਰਸ ਚੂਸਣ ਵਾਲੇ ਕੀੜੇ ਲਈ ਤਾਂ ਅਸੀਂ ਪੱਤੇ ਦੇਖਾਂਗੇ ਉਲਟਾ ਕਰਕੇ, ਅਤੇ ਉਹਦੇ ਅਗਰ ਸਫੇਦ ਮੱਖੀ ਹੈ ਜਾਂ ਚੁਸ ਤਿਲ ਹੈ ਜਾਂ ਥਰਿਪਸ ਹੈ ਤਾਂ ਉਹਨਾਂ ਨੂੰ ਗਿਣ ਲਵਾਂਗੇ, ਕਾਗਜ਼ ਪੈਨਸਲ ਕੋਲ ਲਵਾਂਗੇ, ਗਿਣ ਲਵਾਂਗੇ। ਅਤੇ ਦੂਜੇ ਫਿਰ ਕੋਨੇ ਤੋਂ ਤੀਜੇ ਕੋਨੇ ਵੱਲ ਜਾਵਾਂਗੇ, ਅਤੇ ਫਿਰ 5 ਪੌਦੇ ਅੱਛੀ ਤਰ੍ਹਾਂ ਨਾਲ ਦੇਖ ਲਵਾਂਗੇ। ਅਤੇ ਜੇ ਤਾਂ ਰਸ ਚੂਸਣ ਵਾਲੇ ਕੀੜੇ ਗਿਣਨੇ ਨੇ ਤਾਂ ਫਿਰ ਅਸੀਂ 15-15 ਪੱਤੇ ਲੈਣੇ ਨੇ। ਉਹ ਇਸ ਤਰ੍ਹਾਂ ਲੈਣੇ ਨੇ ਕਿ ਇੱਕ ਪੌਦੇ ਤੋਂ ਉੱਪਰ ਵਾਲਾ ਪੱਤਾ ਯਾਨੀ ਨਵਾਂ ਪੱਤਾ, ਇੱਕ ਦਾ ਦਰਮਿਆਨ ਵਾਲਾ ਪੱਤਾ ਅਤੇ ਇੱਕ ਦਾ ਥੱਲੇ ਵਾਲਾ ਪੱਤਾ ਲੈ ਲੈਣਾ। ਇਸ ਤਰ੍ਹਾਂ 15 ਪੱਤੇ ਪੂਰੇ ਕਰ ਲੈਣੇ ਨੇ ਅਤੇ ਤਾਦਾਦ ਕਾਗਜ਼ 'ਤੇ ਅਸੀਂ ਲਿਖੀ ਜਾਣੀ ਹੈ। ਫਿਰ ਇਸ ਤਰ੍ਹਾਂ ਦੂਸਰੇ ਕੋਨੇ ਤੋਂ ਤੀਸਰੇ ਕੋਨੇ ਨਾਲ, ਤੀਸਰੇ ਕੋਨੇ ਤੋਂ ਚੌਥੇ ਚਲੇ ਜਾਣਾ, ਅਤੇ 15 ਪੱਤੇ ਲੈ ਕੇ ਉਹਨਾਂ ਦੀ ਵੀ ਸਫੇਦ ਮੱਖੀ ਜਾਂ ਜੇਸਡ ਯਾਨੀ ਚੁਸਤੇਲਾ ਜਾਂ ਥਰਿਪਸ ਜੋ ਅਸੀਂ ਕਾਗਜ਼ 'ਤੇ ਲਿਖ ਲੈਣਾ। ਐਂਡ 'ਤੇ ਫਿਰ ਅਸੀਂ ਸਾਰੇ ਜਮ੍ਹਾਂ ਕਰਕੇ ਅਤੇ 15 'ਤੇ ਤਕਸੀਮ ਕਰ ਲੈਣਾ।
ਜੇ ਤਾਂ ਸਫੇਦ ਮੱਖੀ ਸਾਡੀ ਔਸਤ 5 ਮੱਖੀਆਂ ਜਿਹੜੀਆਂ ਨੇ ਫੀ ਪੱਤਾ ਆ ਜਾਂਦੀਆਂ ਨੇ ਅਤੇ ਫਿਰ ਸਾਡਾ ਜਿਹੜਾ ਪ੍ਰੋਗਰਾਮ ਜ਼ਹਿਰ ਪਾਸ਼ੀ ਦਾ ਲਾਜ਼ਮੀ ਹੋ ਜਾਂਦਾ ਹੈ। ਅਤੇ ਜੇ ਔਸਤ ਸਾਡੀ ਜੇਸਰ ਦੀ ਯਾਨੀ ਚੁਸਤ ਤੇਲੇ ਦੀ 1 ਫੀ ਪੱਤਾ ਆ ਜਾਂਦੀ ਹੈ ਅਤੇ ਫਿਰ ਸਾਡਾ ਜ਼ਹਿਰ ਪਾਸ਼ੀ ਦਾ ਅਮਲ ਲਾਜ਼ਮੀ ਹੋ ਗਿਆ। ਜੇ ਥਰਿਪਸ 8-10 ਫੀ ਪੱਤਾ ਆ ਜਾਂਦਾ ਅਤੇ ਫਿਰ ਜ਼ਹਿਰ ਪਾਸ਼ੀ ਲਾਜ਼ਮੀ ਹੋ ਗਈ। ਅਤੇ ਜੇ ਕੰਮ ਹੈ ਯਾਨੀ ਇਹ ਜਿਹੜਾ ਮੈਂ ਤਾਦਾਦ ਦੱਸੀਏ ਇਹਦੇ ਤੋਂ ਘੱਟ ਹੈ ਅਤੇ ਫਿਰ ਇੱਡੀ ਜਲਦੀ ਸਪਰੇ ਨਹੀਂ ਕਰਨਾ ਚਾਹੀਦਾ, ਕਿਉਂਕਿ ਦੋਸਤ ਕੀੜੇ ਵੀ ਸਾਡੇ ਉੱਤੇ ਕੰਮ ਕਰ ਰਹੇ ਹੁੰਦੇ ਜਿਹਦੇ 'ਤੇ ਕਰਾਇਸੋ ਪਰਲਾ ਹੈ ਅਤੇ ਉਹਦੇ ਤੋਂ ਬਾਅਦ ਪੀਲੀਆਂ ਭੁੰਡੀਆਂ ਨੇ, ਇਹ ਬਹੁਤ ਜਿਹੜੀ ਗੁਲਾਬੀ ਸੁੰਡੀ ਦੇ ਅੰਡੇ ਅਤੇ ਸੁੰਡੀਆਂ ਛੋਟੀਆਂ ਖਾ ਜਾਂਦੀਆਂ ਨੇ। ਇਸੇ ਤਰ੍ਹਾਂ ਸਪਾਈਡਰ ਵੀ ਉਹਦੇ ਉੱਤੇ ਮੌਜੂਦ ਹੁੰਦੇ ਨੇ, ਇਸ ਤਰ੍ਹਾਂ ਹੋਰ ਕੀੜੇ ਵੀ ਕਾਫੀ ਦੋਸਤ ਜਿਹੜੇ ਨੇ ਉਹ ਯਾਨੀ ਖਤਰਨਾਕ ਕੀੜਿਆਂ ਨੂੰ ਜਿਹੜੇ ਦੁਸ਼ਮਣ ਕੀੜੇ ਨੇ ਉਹਨਾਂ ਦੀਆਂ ਸੁੰਡੀਆਂ ਅਤੇ ਅੰਡੇ ਖਾਂਦੇ ਨੇ। ਇਹ ਜੂੰ ਜਿਹੜੀ ਹੈ ਪਰੀਡੇਟਰੀ ਜੂੰ ਅਸੀਂ ਕਹਿੰਦੇ ਹਾਂ ਉਹ ਵੀ ਦੋਸਤ ਹੁੰਦੀ ਹੈ, ਉਹ ਵੀ ਕਾਫੀ ਇਹ ਅੰਡੇ ਖਾਂਦੀ ਹੈ ਇਹਦੇ ਥ੍ਰਿਪਸ ਦੇ ਪਰੀਡੇਟਰ ਹੈ। ਇਸ ਤਰ੍ਹਾਂ ਦੋਸਤ ਜੂੰ ਜਿਹੜੀ ਹੈ ਉਹ ਜੂੰ ਦਾ ਹੀ ਉਹ ਦੁਸ਼ਮਣ ਹੈ ਯਾਨੀ ਉਹਨਾਂ ਨੂੰ ਖਤਮ ਕਰ ਦਿੰਦੀ ਹੈ। ਅਤੇ ਜੇ ਉਹ ਉਹਨਾਂ ਦੀ ਵੀ ਤਾਦਾਦ ਸਾਨੂੰ ਦੇਖਣੀ ਚਾਹੀਦੀ ਹੈ ਅਤੇ ਫਿਰ ਇਹ ਕੀੜਿਆਂ ਦੀ ਵੀ ਉਹਦੇ ਹਿਸਾਬ ਨਾਲ ਅਸੀਂ ਫਿਰ ਦੇਖੀਏ ਕਿ ਦਵਾਈ ਦਾ ਇੰਤਖਾਬ ਕਿਸ ਤਰ੍ਹਾਂ ਕਰਨਾ ਹੈ। ਕੋਸ਼ਿਸ਼ ਕਰਾਂਗੇ ਕਿ ਅੱਛੀ ਦਵਾਈ ਬਾਇਓ ਇਨਸੈਕਟੀਸਾਈਡ ਲਈਏ ਜਿਹੜੀ ਕਿ ਸਾਡੇ ਦੋਸਤ ਕੀੜਿਆਂ ਨੂੰ ਵੀ ਬਚਾਵੇ ਅਤੇ ਸਾਡੇ ਮਾਹੌਲ ਨੂੰ ਵੀ ਖਰਾਬ ਨਾ ਕਰੇ। ਨਵੀਂ ਕੈਮਿਸਟਰੀ ਦੀ ਲਈਏ, ਦਵਾਈ ਜਿਹੜੀ ਇੱਕ ਦਫ਼ਾ ਸਪਰੇ ਕਰਨੀ ਹੈ ਫਿਰ ਉਹਨੂੰ ਨਹੀਂ ਕਰਨਾ, ਦੂਜੀ ਦਫ਼ਾ ਕੋਈ ਹੋਰ ਦਵਾਈ ਇਸਤੇਮਾਲ ਕਰਨੀ ਹੈ। ਅਤੇ ਇਹਦੇ ਵਿੱਚ ਅਹਿਮ ਹੈ ਕਿ ਸਾਡੀ ਸਪਰੇਅ ਕਰਨ ਵਾਲੀ ਜਿਹੜੀ ਮਸ਼ੀਨ ਹੈ ਉਹ ਵੀ ਅੱਛੀ ਹੋਵੇ। ਜੇ ਮਸ਼ੀਨ ਅੱਛੀ ਨਹੀਂ ਹੋਏਗੀ ਤਾਂ ਅਸੀਂ ਨਤੀਜਾ ਅੱਛਾ ਹਾਸਲ ਨਹੀਂ ਕਰ ਸਕਦੇ। ਇੱਕ ਹਾਲੋਕੋਨ ਨੋਜ਼ਲ ਅੱਛੀ ਹੈਗੀ ਲੇਕਿਨ ਮਸ਼ੀਨ ਵੀ ਅੱਛੀ ਹੋਵੇ, ਉਹ ਲੀਕ ਕਰਦੀ ਹੈ ਤਾਂ ਸਿਹਤ ਵਾਸਤੇ ਖਤਰਨਾਕ ਹੈ। ਅਤੇ ਦੂਸਰਾ ਦੇਖਿਆ ਕਿ ਲੋਕ ਨੋਜ਼ਲ ਨੂੰ ਸਿੱਧਾ ਕਰ ਲੈਂਦੇ ਨੇ, ਢਿੱਲਾ ਕਰ ਲੈਂਦੇ ਨੇ, ਲੋਕ ਮਜ਼ਦੂਰ ਲਾਉਂਦੇ ਨੇ ਜਿਹੜਾ ਕਿ ਬਹੁਤ ਖਤਰਨਾਕ ਅਮਲ ਹੈ। ਸਪਰੇਅ ਅੱਛੇ ਤਰੀਕੇ ਨਾਲ ਕਰਨਾ ਚਾਹੀਦਾ ਹੈ, ਬਾਰੀਕ ਫੁਆਰ ਯਾਨੀ ਧੂੰਆਂ ਹੋਣਾ ਚਾਹੀਦਾ ਹੈ, ਕਵਰੇਜ ਅੱਛੀ ਹੋਣੀ ਚਾਹੀਦੀ ਹੈ ਅਤੇ ਦਵਾਈ ਸਿਲੈਕਸ਼ਨ ਠੀਕ ਹੋਣੀ ਚਾਹੀਦੀ ਹੈ। ਅਤੇ ਜਿਹੜੇ ਤੁਸੀਂ ਦੇ ਅਮਲੇ ਨਾਲ ਅਗਰ ਅਸੀਂ ਰਾਬਤਾ ਕਰ ਲਈਏ ਉਹ ਦੇਖ ਲੈਣ, ਕਿਉਂਕਿ ਜਗ੍ਹਾ ਜਗ੍ਹਾ ਉਹ ਲੋਕ ਮੌਜੂਦ ਨੇ, ਅਤੇ ਫਿਰ ਰਿਕਮੈਂਡਡ ਦਵਾਈ ਦਾ ਅਸੀਂ ਸਪਰੇਅ ਕਰੀਏ ਅਤੇ ਅੱਛੇ ਤਰੀਕੇ ਨਾਲ ਕੋਸ਼ਿਸ਼ ਕਰੋ ਕਿ ਸ਼ਾਮ ਨੂੰ ਹੀ ਸਪਰੇਅ ਹੋਵੇ, ਕਿਉਂਕਿ ਸ਼ਾਮ ਨੂੰ ਜਿਹੜੇ ਕੀੜੇ ਨੇ ਖਾ ਪੀ ਕੇ ਅਤੇ ਜ਼ਰਾ ਸਕੂਨ ਹੁੰਦੇ ਨੇ ਅਤੇ ਉਹ ਸਾਡੇ ਟਾਰਗੇਟ 'ਚ ਆ ਜਾਂਦੇ ਨੇ ਯਾਨੀ ਦਵਾਈ ਚਲੀ ਜਾਂਦੀ ਹੈ। ਅਤੇ ਜੇ ਤਾਂ ਕੀੜਾ ਪੱਤਿਆਂ ਦੇ ਥੱਲੇ ਹੈ ਤਾਂ ਕੋਸ਼ਿਸ਼ ਕਰੋ ਕਿ ਦਵਾਈ ਪੱਤਿਆਂ ਦੇ ਥੱਲੇ ਜਾਵੇ। ਅਤੇ ਜੇ ਜਿਸ ਤਰ੍ਹਾਂ ਸੁੰਡੀਆਂ ਨੇ ਇਹਨਾਂ ਦੇ ਤਾਂ ਅੰਡੇ ਉੱਪਰ ਟੋਪਲ ਜ਼ਿਆਦਾ ਹੁੰਦੇ ਨੇ ਉੱਪਰ ਵਾਲੀਆਂ ਸ਼ਾਖਾਂ 'ਤੇ, ਤਾਂ ਫਿਰ ਉੱਤੇ ਦਵਾਈ ਪੈ ਜਾਏ ਅਤੇ ਅੱਛਾ ਨਤੀਜਾ ਅਸੀਂ ਹਾਸਲ ਕਰਾਂਗੇ। ਲੇਕਿਨ ਰਸ ਚੂਸਣ ਵਾਲੇ ਕਿਉਂਕਿ ਪੱਤਿਆਂ ਦੇ ਥੱਲੇ ਹੁੰਦੇ ਨੇ ਅਤੇ ਕੋਸ਼ਿਸ਼ ਕੀਤੀ ਜਾਏ ਕਿ ਜਿਹੜੀ ਫੁਆਰ ਹੈ ਉਹ ਪੱਤਿਆਂ ਦੇ ਥੱਲੋਂ ਦੀ ਵਿੱਚੋਂ ਦੀ ਲੰਘ ਜਾਏ। ਦੂਜਾ ਸਭ ਤੋਂ ਅਹਿਮ ਹੈ ਕਿ ਜਿਸ ਤਰਫ ਹਵਾ ਜਾ ਰਹੀ ਹੁੰਦੀ ਹੈ ਬਹੁਤ ਜ਼ਿਆਦਾ ਤੇਜ਼ ਹਵਾ ਨਾ ਹੋਵੇ, ਕਿਉਂਕਿ ਫਿਰ ਸਾਡੀ ਦਵਾਈ ਜ਼ਾਇਆ ਹੋ ਜਾਏਗੀ। ਉਹ ਜਦੋਂ ਅਸੀਂ ਕਰਾਂਗੇ ਜ਼ਹਿਰ ਪਾਸ਼ੀ ਤਾਂ ਉਹ ਸਾਰੀ ਉੱਡ ਜਾਂਦੀ ਹੈ ਉਹ ਹਵਾ ਦੇ ਨਾਲ ਹੀ, ਤਾਂ ਉਹਦਾ ਕੋਈ ਨਤੀਜਾ ਅਸੀਂ ਹਾਸਲ ਨਹੀਂ ਕਰ ਸਕਾਂਗੇ, ਸਾਰੀ ਮਿਹਨਤ ਜ਼ਾਇਆ ਹੋ ਜਾਂਦੀ ਹੈ। ਮੁਨਾਸਿਬ ਵੀ ਹਵਾ ਹੋਵੇ ਜਾਂ ਨਾ ਹੋਵੇ ਅਤੇ ਉਹ ਫਿਰ ਅਸੀਂ ਜਿਸ ਤਰਫ ਹਵਾ ਚੱਲ ਰਹੀ ਹੋਵੇ ਉਸ ਤਰਫ ਹੀ ਚੱਲੀਏ, ਕਿਉਂਕਿ ਇੱਕ ਤਾਂ ਸਾਡੇ ਉੱਤੇ ਦਵਾਈ ਨਹੀਂ ਪੈਗੀ, ਜਦੋਂ ਸਾਡੇ ਉੱਤੇ ਦਵਾਈ ਪੈਗੀ ਖੁਦਾ ਨਖਾਸਤਾ ਤਾਂ ਫਿਰ ਅਸੀਂ ਸਪਰੇਅ ਨਹੀਂ ਕਰ ਸਕਦੇ, ਕਿਉਂਕਿ ਉਹ ਤਾਂ ਅੱਖਾਂ 'ਤੇ ਉਹ ਸਾਰੇ ਜਿਸਮ 'ਤੇ ਯਾਨੀ ਸਿੱਧਾ ਹਵਾ ਦੀ ਤਰਫ ਚੱਲ ਕੇ ਸਪਰੇਅ ਕਰਨਾ ਚਾਹੀਦਾ ਅਤੇ ਅਸੀਂ ਅੱਛਾ ਇਸ ਤਰ੍ਹਾਂ ਨਾਲ ਨਤੀਜਾ ਹਾਸਿਲ ਕਰਾਂਗੇ। ਅਤੇ ਦੂਜਾ ਇਹ ਵੀ ਕਿ ਜਿਹੜਾ ਐਵੇਂ ਨੰਗੇ ਜਿਸਮ ਨਾਲ ਸਪਰੇਅ ਕਰਨਾ ਬਹੁਤ ਖਤਰਨਾਕ ਹੈ, ਅਤੇ ਕਿਸਾਨ ਭਰਾਵਾਂ ਨੂੰ ਚਾਹੀਦਾ ਹੈ ਕਿ ਉਹ ਕੋਈ ਨਾ ਕੋਈ ਵਰਦੀ ਨਹੀਂ ਤਾਂ ਪੁਰਾਣੇ ਕੱਪੜੇ 2-3 ਸੂਟ ਪਾ ਲੈਣ, ਥੱਲੇ ਜਿਹੜੇ ਨੇ ਬੰਦ ਜੂਟ ਜੁੱਤੀ ਕੋਈ ਪਾ ਲੈਣ ਅਤੇ ਉੱਤੇ ਕੱਪੜਾ ਜਿਹੜਾ ਉਹ ਸਿਰ 'ਤੇ ਬੰਨ ਲੈਣ ਅਤੇ ਮਾੜੀ ਮੋਟੀ ਐਨਕ ਲੈ ਲੈਣ ਤਾਂ ਕਿ ਜਿਸਮ ਨੰਗਾ ਨਾ ਹੋਵੇ। ਦੂਜਾ ਇਹ ਵੀ ਕਿ ਜਦੋਂ ਸਪਰੇਅ ਕਰਨੀ ਹੈ ਉਦੋਂ ਕੋਈ ਚੀਜ਼ ਨਹੀਂ ਖਾਣੀ ਅਤੇ ਨਾ ਹੀ ਸਿਗਰਟ ਪੀਣਾ, ਫਾਰਗ ਹੋ ਕੇ ਸਾਰਾ ਕੰਮ ਕਰਕੇ ਉਹਦੇ ਤੋਂ ਬਾਅਦ ਵਿੱਚ ਕੱਪੜੇ ਬਦਲ ਲੈਣੇ ਨੇ, ਫਿਰ ਮੂੰਹ ਹੱਥ ਧੋਣਾ, ਅੱਛੀ ਤਰ੍ਹਾਂ ਨਾਲ ਨਹਾਉਣਾ ਅਤੇ ਫਿਰ ਕੋਈ ਚੀਜ਼ ਖਾਣੀ ਹੈ। ਕਿਸਾਨ ਭਰਾਓ, ਹੁਣ ਮੈਂ ਤੁਹਾਨੂੰ ਇਹ ਕੀੜਿਆਂ ਦੇ ਖਾਤਮੇ ਜਾਂ ਕੰਟਰੋਲ ਬਾਰੇ ਦੱਸਾਂਗਾ। ਇਹਦੇ ਵਿੱਚ ਦੋ ਤਰੀਕੇ ਸਾਡੇ ਕੋਲ ਆਉਂਦੇ ਨੇ, ਇੱਕ ਤਾਂ ਇਹ ਵੇ ਕਿ ਗੈਰ ਕੀਮਿਆਈ ਤਰੀਕਾ ਅਤੇ ਦੂਸਰਾ ਫਿਰ ਆਖਰ 'ਤੇ ਸਾਫ ਜ਼ਾਹਿਰ ਕੀਮਿਆਈ ਤਰੀਕਾ ਬਚਦਾ ਹੈ, ਹੋਰ ਕੋਈ ਚਾਰਾ ਨਹੀਂ। ਹੁਣ ਗੈਰ ਕੀਮਿਆਈ ਤਰੀਕੇ 'ਤੇ ਅਗਰ ਅਸੀਂ ਅਮਲ ਕਰ ਲਈਏ ਤਾਂ ਸਾਨੂੰ ਕੀਮਿਆਈ ਤਰੀਕੇ 'ਤੇ ਜਾਣ ਦੀ ਜ਼ਰੂਰਤ ਪੈਂਦੀ ਨਹੀਂ। ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਇਸ ਦਫ਼ਾ ਕਪਾਹ 'ਤੇ
ਸਾਡੀ ਗੌਰਮੈਂਟ ਨੇ ਦਫ਼ਾ 144 ਲਾਈ ਹੋਈ ਸੀ। ਕਿਉਂ ਲਾਈ ਹੋਈ ਸੀ? ਉਹਦੀ ਵਜ੍ਹਾ ਇਹ ਸੀ ਕਿ ਅਸੀਂ ਗੁਲਾਬੀ ਸੁੰਡੀ ਨੂੰ ਗੈਰ ਕੀਮਿਆਈ ਤਰੀਕੇ ਨਾਲ ਹੀ ਖਤਮ ਕਰ ਦਈਏ, ਔਰ ਸਭ ਤੋਂ ਆਸਾਨ ਤਰੀਕਾ ਹੈ, ਕਿਸੇ ਦਾ ਕੋਈ ਖਰਚਾ ਵੀ ਨਹੀਂ ਹੁੰਦਾ। ਇਹਦੇ 'ਚ ਇਹ ਜਿਹੜੀ ਸਾਡੀ ਗੁਲਾਬੀ ਸੁੰਡੀ ਹੈ, ਉਹ ਜਦੋਂ ਹੁਣ ਅੱਗੇ ਸਾਡੀ ਕਪਾਹ ਖਤਮ ਹੋ ਰਹੀ ਹੈ, ਅਕਤੂਬਰ ਦੇ ਐਂਡ 'ਤੇ ਅਸੀਂ ਛੜੀਆਂ ਵੱਢ ਲਾਂਗੇ, ਲੇਕਿਨ ਛੜੀਆਂ ਵੱਢਣ ਤੋਂ ਪਹਿਲੇ ਜਿਹੜੇ ਤਾਂ ਟਿੰਡੇ ਠੀਕ ਨੇ, ਅੱਛੇ ਨੇ, ਉਹ ਤਾਂ ਲੋਕ ਇਕੱਠੇ ਕਰ ਲੈਂਦੇ ਨੇ, ਯਾਨੀ ਤੋੜ ਕੇ ਤਾਂ ਉਹਨਾਂ 'ਚ ਕਪਾਹ ਕੱਢ ਕੇ ਵੇਚ ਲੈਂਦੇ ਨੇ, ਅਤੇ ਜਿਹੜੇ ਕੱਚੇ ਅਤੇ ਛੋਟੇ ਟਿੰਡੇ ਨੇ ਉਹ ਨਹੀਂ ਤੋੜਦੇ। ਉਹਦੇ ਸਾਨੂੰ ਚਾਹੀਦਾ ਹੈ ਕਿ 2-3 ਦਿਨ ਭੇਡ ਬੱਕਰੀਆਂ ਅਤੇ ਜਾਨਵਰ ਅੱਛੀ ਤਰ੍ਹਾਂ ਨਾਲ ਫੇਰ ਲਈਏ। ਉਹ ਸਾਰੇ ਬੜੇ ਸ਼ੌਕ ਨਾਲ ਖਾ ਲੈਂਦੇ ਨੇ ਅਤੇ ਦੁੱਧ ਵੀ ਵੱਧ ਜਾਂਦਾ ਹੈ, ਅਤੇ ਉਹਦੇ ਤੋਂ ਬਾਅਦ ਉਹਨਾਂ ਦੇ ਵਿੱਚ ਹੀ ਅਕਤੂਬਰ ਦੇ ਜਿਹੜੇ ਕੱਚੇ ਟਿੰਡੇ ਹੁੰਦੇ ਨੇ ਨਾ, ਆਮ ਤੌਰ 'ਤੇ ਉਹਨਾਂ ਦੇ ਵਿੱਚ ਗੁਲਾਬੀ ਸੁੰਡੀ ਬਹੁਤ ਆ ਜਾਂਦੀ ਹੈ। ਉਹ ਫਿਰ ਜਾਨਵਰ ਅਤੇ ਭੇਡ ਬੱਕਰੀਆਂ ਉਹਨਾਂ ਨੂੰ ਖਾ ਲੈਂਦੀਆਂ ਨੇ, ਅਤੇ ਉਹ ਜਨਾਬ ਸੁੰਡੀਆਂ ਉੱਥੇ ਹੀ ਖਤਮ ਹੋ ਜਾਂਦੀਆਂ ਨੇ। ਲੇਕਿਨ ਕੁਛ ਸੁੰਡੀਆਂ, ਜਦੋਂ ਸੁੰਡੀ ਪੂਰੀ ਹੋ ਜਾਂਦੀ ਹੈ ਨਾ ਟਿੰਡੇ ਦੇ ਵਿੱਚ, ਉਹ ਮੋਰਾ ਕਰਕੇ ਥੱਲੇ ਜ਼ਮੀਨ ਦੇ 'ਤੇ ਡਿੱਗ ਪੈਂਦੀ ਹੈ। ਜਦੋਂ ਉਹ ਡਿੱਗਦੀ ਹੈ, ਯਾਨੀ ਉਹ ਪਿਊਪਾ ਬਣਨ ਦੀ ਕੋਸ਼ਿਸ਼ ਕਰਦੀ, ਜਿਹਨੂੰ ਅਸੀਂ ਕੋਇਆ ਵੀ ਕਹਿੰਦੇ ਹਾਂ, ਉਹ ਜ਼ਮੀਨ 'ਤੇ ਜਦੋਂ ਡਿੱਗਦੀ ਹੈ ਤਾਂ ਥੋੜ੍ਹੀ ਥੋੜ੍ਹੀ ਹਿਲਦੀ ਰਹਿੰਦੀ ਹੈ, ਐਵੇਂ 1-2 ਮਿੰਟ, ਉਹ ਫਿਰ ਥੱਲੇ ਜ਼ਮੀਨ ਦੇ ਵਿੱਚ ਲੁੱਕ ਜਾਂਦੀ ਹੈ। ਅੱਲਾਹ ਤਾਲਾ ਨੇ ਇੱਕ ਤਰੀਕਾ ਦਿੱਤਾ ਹਰ ਜਾਨਦਾਰ ਨੂੰ, ਉਹ ਫਿਰ ਜਿਹੜਾ ਪਿਊਪਾ ਉਹਦੇ ਵਿੱਚੋਂ ਜਿਹੜਾ ਨਾ, ਉਹ ਪਿਊਪਾ ਜੇ ਤਾਂ ਸਰਦੀਆਂ ਨੇ, ਜਿਵੇਂ ਹੁਣ ਅੱਗੇ ਸਰਦੀਆਂ ਆ ਜਾਣੀਆਂ ਨੇ, ਫਿਰ ਉਹਨੇ ਪੈ ਰਹਿਣਾ ਉਹਦੇ ਵਿੱਚ, ਫਿਰ ਫਰਵਰੀ ਮਾਰਚ ਦੇ ਵਿੱਚ ਜਾ ਕੇ ਉਹਦੇ ਵਿੱਚੋਂ ਜਨਾਬ ਪਰਦਾਰ ਬਾਲੇ ਨਿਕਲਣੇ ਨੇ। ਅੱਛਾ, ਜੇ ਇਹੀ ਮਸਲਾ ਸੀ ਕਿ ਜਦੋਂ ਫਰਵਰੀ ਮਾਰਚ 'ਚ ਜੇ ਸਾਡੀ ਪਹਿਲੀ ਕਪਾਹ ਉੱਥੇ ਆ ਜਾਏ ਅਰਲੀ, ਯਾਨੀ ਫਰਵਰੀ ਜਾਂ ਮਾਰਚ ਜੋ ਬੀਜਦੇ ਹਾਂ, ਅਤੇ ਉਹ ਫੁੱਲਾਂ 'ਤੇ ਹੁੰਦੀ ਹੈ, ਫਿਰ ਉਹ ਵਾਲੇ ਉੱਡ ਕੇ ਉੱਥੇ ਅੰਡੇ ਦੇ ਕੇ ਅਤੇ ਉਹ ਕੰਮ ਸ਼ੁਰੂ ਹੋ ਜਾਂਦਾ ਹੈ। ਅਤੇ ਜੇ ਕਪਾਹ ਉਹਨੂੰ ਨਾ ਮਿਲੇ ਤਾਂ ਫਿਰ ਉਹ ਸਾਰੇ ਜਿਹੜੇ ਨੇ ਨਾ ਬਾਲਗ ਪਰਦਾਰ ਮਾਤ, ਉਹ ਸਾਰੇ ਮਰ ਜਾਂਦੇ ਨੇ ਉਹਦੇ ਤੋਂ ਬਾਅਦ। ਲੇਕਿਨ ਕੁਛ ਜਿਹੜੇ ਨੇ ਉਹ ਪਿਊਪੇ, ਉਹ ਬਚ ਵੀ ਜਾਂਦੇ ਨੇ, ਉਹ ਕਿਉਂਕਿ ਛੜੀਆਂ ਜਿਹੜੀਆਂ ਸਾਡੇ ਕਿਸਾਨ ਭਰਾ ਰੱਖਦੇ ਨੇ, ਉਹ ਛੜੀਆਂ ਦੇ ਵਿੱਚ ਉਹ ਜਿਹੜਾ ਮਵਾਦ ਹੈ ਬਚਿਆ ਖੁਚਿਆ, ਉਹਦੇ ਵਿੱਚ ਡਬਲ ਬੀਜ 'ਚ ਵੀ ਹੁੰਦੇ ਨੇ, ਅਤੇ ਡਬਲ ਬੀਜ ਦੇ ਜਿਹੜੀ ਸਾਡਾ ਬੀਜ ਵਾਸਤੇ ਅਸੀਂ ਕਪਾਹ ਰੱਖਣੀ ਹੈ, ਉਹਦੇ ਵਿੱਚ ਵੀ ਗੁਲਾਬੀ ਸੁੰਡੀ ਹੁੰਦੀ ਹੈ। ਡਬਲ ਬੀਜ ਨੂੰ ਅਸੀਂ ਜਿਹੜੇ ਜੇ ਤਾਂ ਕਪਾਹ ਰੱਖਣੀ ਹੈ ਜਾਂ ਬੀਜ ਕੱਢ ਕੇ ਰੱਖਣਾ ਹੈ, ਅਤੇ ਉਹਨੂੰ ਵੀ ਲਾਜ਼ਮੀ ਫਿਊਮੀਗੇਟ ਕਰਕੇ ਰੱਖੋ, ਤਾਂ ਕਿ ਉਹ ਡਬਲ ਬੀਜ ਦੇ ਵਿੱਚ ਸੁੰਡੀ ਅੱਗੇ ਰਹੇ ਹੀ ਨਾ। ਅਤੇ ਉਹਦੇ ਤੋਂ ਬਾਅਦ ਅਸੀਂ ਜਦੋਂ ਲਾਵਾਂਗੇ, ਉਹ ਤੇਜ਼ਾਬ ਲਗਾ ਕੇ ਡਾਕਟਰ ਸਾਹਿਬ ਨੇ ਦੱਸਿਆ, ਡਾਕਟਰ ਅਬ ਸਾਹਿਬ ਨੇ ਵੀ, ਅਤੇ ਉਹ ਫਿਰ ਸਾਡੀ ਉਹ ਜਿਹੜੀ ਹੈ ਨਾ ਸੁੰਡੀ ਸਾਰੀ ਮਰ ਜਾਂਦੀ ਹੈ। ਠੀਕ ਹੈ, ਇਹਦੇ ਤੋਂ ਬਾਅਦ ਇਹ ਵੀ ਕਿ ਛੜੀਆਂ ਦਾ ਵੀ ਟਾਈਮਲੀ, ਯਾਨੀ ਕਿ ਫਰਵਰੀ ਤੋਂ ਪਹਿਲੇ ਯਾਨੀ ਜਨਵਰੀ ਦੇ ਆਖਰ ਤੱਕ ਛੜੀਆਂ ਸਾਨੂੰ ਇਸਤੇਮਾਲ ਕਰ ਲੈਣੀਆਂ ਚਾਹੀਦੀਆਂ ਨੇ, ਵਰਨਾ ਫਿਰ ਉਹ ਜਿਹੜਾ ਹੈ ਉਹਦੇ ਵਿੱਚ ਉਹ ਟਿੰਡੇ ਖਰਾਬ ਵੇਸਟ ਮਟੀਰੀਅਲ ਦੇ ਵਿੱਚ ਉਹ ਸੁੰਡੀਆਂ ਨਿਕਲਦੀਆਂ ਨੇ, ਉਹ ਅਡਲਟ ਬਾਲਗ ਨਿਕਲ ਕੇ ਅਤੇ ਫਿਰ ਅੰਡੇ ਦੇ ਕੇ ਅਤੇ ਉਹ ਕੰਮ ਸ਼ੁਰੂ ਹੋ ਜਾਂਦਾ ਹੈ। ਲੇਕਿਨ ਇਹਦੇ ਵਿੱਚ ਸਾਡਾ ਬੜਾ ਸੌਖਾ ਇੱਕ ਸਾਡੇ ਕੋਲ ਤਰੀਕਾ ਹੁਣ ਆ ਗਿਆ, ਰਿਸਰਚ ਵਾਲਿਆਂ ਨੇ ਇਹ ਕੱਢ ਲਿਆ ਹੈ। ਇੱਕ ਅਸੀਂ ਫੈਰਾਮੋਨ ਟ੍ਰੈਪ ਨਵਾਂ ਦੇ ਰਹੇ ਹਾਂ ਕਿਸਾਨ ਭਰਾਵਾਂ ਨੂੰ, ਉਹ ਬਿਲਕੁਲ ਆਸਾਨ ਜਿਹਾ ਹੈ। ਉਹ ਜਿਹੜਾ ਪੋਸਟਰ ਕਾਰਡ ਹੈ ਨਾ, 10 ਰੁਪਏ ਦਾ ਮਿਲਦਾ ਹੈ, ਉਹ ਲੈ ਕੇ ਉਹ ਅਸੀਂ ਕਿਤਾਬ ਤਰ੍ਹਾਂ ਬਣਾ ਲੈਣਾ ਹੈ। ਉਹਦੇ ਅੰਦਰ ਸਟਿੱਕੀ ਮਟੀਰੀਅਲ ਬਾਜ਼ਾਰ ਵੀ ਮਿਲ ਜਾਂਦਾ, ਨਹੀਂ ਤਾਂ ਆਪ ਬੰਦਾ ਬਣਾ ਲੈਂਦਾ, ਉਹ ਥੱਲੇ ਅੱਛੀ ਤਰ੍ਹਾਂ ਨਾਲ ਲੇਪ ਕਰ ਦਿਓ, ਅਤੇ ਉਹ ਜਿਹੜੀਆਂ ਨੇ ਨਾ ਬਾਲਗ ਪਰਦਾਰ ਮਾਤ, ਉਹ ਬੇਸ਼ੁਮਾਰ ਆਉਂਦੇ ਨੇ। ਇਹ ਉਧਰੋਂ ਤਾਂ ਫਰਵਰੀ ਮਾਰਚ 'ਚ ਨਿਕਲਦੀ ਹੈ, ਉਦੋਂ ਹੀ ਅਸੀਂ ਅਗਰ ਲਾ ਲਈਏ ਤਾਂ ਉਹ ਸਾਰੇ ਪਕੜੇ ਜਾਣਗੇ, ਉਹ ਸਾਰੇ ਆ ਜਾਂਦੇ ਨੇ ਆਸਾਨੀ ਨਾਲ। ਪਹਿਲੇ ਅਸੀਂ ਯੂਜ਼ ਕਰਦੇ ਹਾਂ ਡੱਬੇ ਜਿਹੇ ਹੁੰਦੇ ਨੇ, ਲੇਕਿਨ ਉਹਦੇ ਵਿੱਚ ਤਾਂ ਉਹ ਆਉਂਦੇ ਨੇ ਫੈਰਾਮੋਨ ਟ੍ਰੈਪ 'ਤੇ, ਲੇਕਿਨ ਉਹ ਫਿਰ ਨਿਕਲ ਵੀ ਜਾਂਦੇ ਨੇ, ਕੁਛ ਆ ਜਾਂਦੇ ਨੇ। ਲੇਕਿਨ ਇਹ ਜਿਹੜਾ ਟ੍ਰੈਪ, ਇਹਦੇ ਵਿੱਚ ਬਹੁਤ 100-150 1-2-3 ਦਿਨਾਂ 'ਚ ਆ ਜਾਂਦਾ, ਫਿਰ ਥੱਲੇ ਕਿਉਂਕਿ ਗੂੰਦ ਲੱਗੀ ਹੁੰਦੀ ਸਟਿੱਕੀ ਮਟੀਰੀਅਲ, ਉੱਥੇ ਉਹ ਜਾਂਦਾ ਹੀ ਨਹੀਂ, ਦੌੜ ਹੀ ਨਹੀਂ ਸਕਦਾ, ਉੱਥੋਂ ਫਿਰ ਸਾਫ਼ ਕਰੀ ਰੱਖਣੇ ਆ। ਅਗਰ ਇਹੀ ਤਰੀਕਾ ਅਸੀਂ ਇਸਤੇਮਾਲ ਹੀ ਤਾਂ ਪਿੰਕ ਦਾ ਇਨਸ਼ਾਅੱਲਾ ਬਹੁਤ ਜਲਦ ਖਾਤਮਾ ਹੋਏਗਾ, ਸਾਨੂੰ ਸਪਰੇਵਾਂ ਜਾਣ ਦੀ ਲੋੜ ਹੀ ਨਹੀਂ। ਇਹਦੇ ਤੋਂ ਬਾਅਦ ਇਹ ਵੀ ਕਿ ਜੜੀ ਬੂਟੀਆਂ ਸਾਫ਼ ਰੱਖੀਏ ਅਸੀਂ ਸਾਰਾ, ਜਿਹੜਾ ਖਾਲਿਆਂ ਦੇ ਵਿੱਚ ਇੰਨਾ ਜ਼ਿਆਦਾ ਗੰਦ ਚੜਿਆ ਹੋਏਗਾ, ਅਤੇ ਫਿਰ ਉਸ ਰਸ ਚੂਸਣ ਵਾਲਿਆਂ ਨੂੰ ਵੀ ਉੱਥੇ ਉਹਨਾਂ ਨੂੰ ਆਪਣੀ ਪੈਦਾਵਾਰ ਆਪਣੀ ਨਸਲ ਬਣਾਉਣ ਦੀ ਮੌਕਾ ਮਿਲ ਜਾਂਦਾ। ਸਰਦੀਆਂ ਬਚ ਬਚਾ ਕੇ ਉੱਥੇ ਲੁੱਕ ਕੇ ਗੁਜ਼ਾਰ ਲੈਂਦੇ ਨੇ, ਅਤੇ ਇਸੇ ਤਰ੍ਹਾਂ ਸੁੰਡੀਆਂ ਵੀ ਉਹਨਾਂ ਦੇ ਸੁੰਡੀਆਂ ਜਿਹੜੀਆਂ ਨੇ ਉਹ ਗਿਰ ਜਾਂਦੀਆਂ ਨੇ ਜ਼ਮੀਨ ਦੇ
ਵਿੱਚ ਉਹ ਪਿਊਪੇ ਬਣ ਜਾਂਦੇ ਨੇ। ਜੇ ਖਾਲੀ ਜ਼ਮੀਨ ਹੈ ਤਾਂ ਅੱਛੀ ਤਰ੍ਹਾਂ ਨਾਲ ਸਰਦੀਆਂ ਆਉਣ ਜਾਂ ਗਰਮੀਆਂ ਆਉਣ ਤਾਂ ਰੋਟਾਵੇਟਰ ਅਤੇ ਗਹਿਰਾਲ ਚਲਾਉਂਦੇ ਰਹੀਏ ਅਤੇ ਉਹ ਬਾਹਰ ਆ ਜਾਂਦੇ ਨੇ ਪਿਊਪੇ ਅਤੇ ਉਹਨਾਂ ਨੂੰ ਪਰਿੰਦੇ ਵੀ ਖਾ ਜਾਂਦੇ ਨੇ ਅਤੇ ਉਹ ਜ਼ਾਇਆ ਹੋ ਜਾਂਦੇ ਅਤੇ ਇਸ ਤਰ੍ਹਾਂ ਸਾਡੀ ਜਿਹੜੀ ਫਸਲ 'ਤੇ ਹੈ ਬਹੁਤ ਥੋੜ੍ਹਾ ਹਮਲਾ ਹੁੰਦਾ ਹੈ।